ਅਸਲਾਮ ਅਲੈਕੁਮ ਗਾਇਜ਼, ਕੀ ਹਾਲ ਚਾਲ ਨੇ ਤੁਹਾਡੇ? ਵੈਲਕਮ ਗਰੀਬਾਂ ਦੇ ਵਲੋਗ 'ਤੇ। ਅੱਜ ਜ਼ੈਨ ਦੀ ਬਰਥਡੇ ਹੈ। ਬਰਥਡੇ ਵਾਸਤੇ ਸਾਰੀਆਂ ਤਿਆਰੀਆਂ ਤਿਉਰੀਆਂ ਆਲਮੋਸਟ ਖਤਮ ਹੋ ਗਈਆਂ ਨੇ। ਮੈਂ ਵੀ ਨਾ ਧੋ ਕੇ ਕੱਪੜੇ ਪਾ ਲਏ ਨੇ ਅਤੇ ਥੱਲੇ ਬਗਾਨੇ ਬਗੂਨੇ ਲਗਾ ਰਹੇ ਨੇ ਜੱਟ ਸਾਹਿਬ ਰਿਚ ਸਾਰੇ ਰਲ ਮਿਲ ਕੇ। ਅਤੇ ਜ਼ੈਨ ਸਾਹਿਬ ਨੇ ਹੁਣ ਰੈਡੀ ਕਰਨੇ ਆ ਅਤੇ ਉਸ ਤੋਂ ਬਾਅਦ ਤੁਹਾਨੂੰ ਬਹਾਨੇ ਆ ਕਿ ਕੀ ਹੁੰਦਾ ਪਿਆ। ਜੂ ਜਾ ਕੇ ਚੈੱਕ ਕਰਨਾ ਕੀ ਕੀਤਾ ਉਹਨੇ, ਕਿ ਉਂਝ ਲੱਗੇ ਫਿਰਦੇ ਨੇ। ਧਮਾਕਾ ਦੀ ਨਾ, ਮੁਝੇ ਬੈਲਟ ਨਹੀਂ ਲੱਭ ਰਿਹਾ ਜੱਟ ਸਾਹਿਬ। ਬੈਲਟ ਦੇ ਉਹ 1000 ਬੈਲਟ ਹੈਗਾ, ਇੱਕ ਵਾਧੂ ਦੇਵੋ, ਮੇਰਾ ਬੈਲਟ ਗੁਆਚ ਗਿਆ। ਬਾਏ ਦਾ ਵੇ ਹੈ ਜ਼ੈਨੀ ਦਾ ਜਿਹੜਾ ਬਰਥਡੇ ਕੀ ਹੈ। ਵੇਖੋ ਸਪੈਡਰ ਬੈਡ ਕਿੱਡ ਉੜ ਕੇ ਬੈਠਾ ਹੈ, ਕੀ ਕਰਨਾ ਪਿਆ ਮਾਮਾ ਜੀ? ਦੇਖੋ ਸਿੱਧਾ ਕੰਮ ਹੈਗਾ, ਦੇਖੋ ਕਿ ਜਾ ਕੇ ਕਰਨਾ ਕੁਦਾ ਜੜ ਵਿਹਲਾ ਬੈਠਾ ਇੱਥੇ। ਇਹ ਉੱਪਰ ਉਸਕਾ ਨਾਮ ਲਿਖਾ ਹੋਇਆ ਹੈ ਔਰ ਇਹ ਹੈ ਮਿਸਟਰ ਬੀ ਬੀ। ਮਿਸਟਰ ਬੀ ਬੀ ਦਾ ਮਤਲਬ ਹੈ ਬਿਗ ਬਾਟ, ਯਾਨੀ ਕਿ ਬੜੇ ਵਾਲਾ ਬਾਟ, ਬੱਟਾ ਦਾ ਮੁੰਡਾ। ਇਹ ਹੈ ਮਿਸਟਰ ਬੀ ਸੀ, ਵਾਸੀ ਟਿਬਰੀ। ਇਹ ਹੈ ਜਮੀਲ ਸਪੈਰੋ, ਇਹ ਹੈ ਗਫੂਰ ਦਾਦਾ। ਤੁਹਾਨੂੰ ਹਾਨੇ ਬਰਥਡੇ ਬੁਆਏ ਕਿੱਥੇ ਆ, ਕਿੱਥੇ ਆ, ਕਿੱਥੇ ਆ ਜੱਟ ਸਾਹਿਬ? ਭਾਂਡੇ ਖੜਕਾਈ ਜਾਂਦਾ ਇੱਥੇ। ਸੋ ਬਰਥਡੇ ਬੁਆਏ ਜਿਹੜੇ ਨੇ ਨਾ ਆ ਰਹੇ ਨੇ। ਸੋ ਇਹ ਇੱਕ ਛੋਟਾ ਸਾ ਸੈਟਅਪ ਕੀ ਹੈ ਜੱਟ ਸਾਹਿਬ ਕੇ ਲੀਏ। ਲੋ ਜੀ, ਜੱਟ ਸਾਹਿਬ ਹਜੇ ਪੂਰੇ ਤਰ੍ਹਾਂ ਕੱਪੜੇ ਨਹੀਂ ਆਪਣੇ ਪਾਏ। ਜੱਟ ਸਾਹਿਬ ਰੈਡੀ ਹੋਵੋ, ਤੁਹਾਡੀ ਅੱਜ ਬਰਥਡੇ ਆ, ਸਾਰੇ ਰੈਡੀ ਹੋ ਗਏ ਨੇ, ਤੁਸੀਂ ਕਿਉਂ ਨਹੀਂ ਹੁੰਦੇ ਪਏ? ਤੁਹਾਨੂੰ ਪਤਾ ਹੀ ਨਹੀਂ ਅਜੇ ਤੱਕ? ਹਾਂ ਹਾਂ, ਤੇਰੇ ਹੀ ਬਰਥਡੇ ਦੀ ਤਿਆਰੀ ਕੀਤੀ ਹੈ ਜੱਟ ਸਾਹਿਬ। ਹਜੇ ਆਪਣੀ ਨਿੱਕਰ 'ਚ ਲੱਗੇ ਫਿਰਦੇ ਨੇ। ਅੰਮਾ ਇਹਦੀ ਜਿਹੜੀ ਉਹ ਰੈਡੀ ਹੁੰਦੀ ਬਈ, ਜਨਾਨੀਆਂ ਦੀ ਪਈ ਹੁੰਦਾ ਦੇਰ, ਆਪਾਂ ਤਾਂ ਅਸੀਂ ਰੈਡੀ ਜੰਮੇ ਹਾਂ। ਬਰਥਡੇ ਬੋਏ ਵੇਖੋ ਨੁਕਰਾਂ ਨੇ ਵੱਟਦਾ ਪਿਆ। ਜੇ ਬਾਹਰ ਨਿਕਲ ਜਾਣ, ਬਰਥਡੇ ਆ ਅੱਜ ਤੁਹਾਡੀ ਬਰਥਡੇ ਆ, ਇਮਾਨ ਨਾਲ ਬਰਥਡੇ ਆ ਆਪਕੀ ਤੁਹਾਡੀ। ਉਤੋਂ ਉੱਠੋ। ਸੋ ਜੱਟ ਸਾਹਿਬ ਰੈਡੀ ਹੋ ਕੇ ਬਹਿ, ਓਏ ਬੰਦਾ ਬੱਲਾ ਲੈ ਕੇ ਆਇਆ ਤੇਰੇ ਵਾਸਤੇ। ਵਾਓ, ਥਾਲੀਆਂ, ਚਮਚੀਆਂ, ਡੋਂਗੇ ਸਭ ਕੁਛ ਲਿਆ ਬੈਠਾ। ਇਧਰ ਲਾਗ ਰੱਖਦੇ ਨਾ, ਇਧਰ ਲਾਗ ਲਾ ਗਿਆ ਮਾਰੇ, ਫਿਰ ਆਪਣੇ ਪੈ ਜਾਣਾ ਹੈ ਇੱਕੋ ਵਾਰ। ਬਟ ਤੂੰ ਪਰ ਉੱਥੇ ਹੋ ਕੇ ਪਰ ਬਹਿ ਜਾ ਨੁਕਰੇ। ਜੱਟ ਬਣਾਈ ਜਾ। ਅੱਛਾ ਤੁਸੀਂ ਬਟ ਤੂੰ ਇੱਧਰ ਖਲੋ, ਬਟ ਇੱਧਰ ਭਾਈ, ਇੱਧਰ ਵੀ ਸਾਰੀ ਬਣਾਉਣੀ ਹੈ ਵੀਡੀਓ। ਬਟ ਸਾਹਿਬ ਮੇਰੀ ਸਟੋਰੇਜ ਫੁੱਲ ਹੋ ਗਈ। ਆ ਪਤਾ ਹੋ ਗਿਆ, ਬੱਬੂ ਜੀ ਲਗਾ ਜਿੰਨੇ, ਤੂੰ ਇੱਧਰ ਆ। ਬਟ ਤੂੰ ਵੀ ਕਰਨਾ ਆਪਣੇ ਆਪ ਨੂੰ ਖਵਾਓ। ਬੰਦੇ ਮੁਖਤਾਰ ਪਲੇਟ ਲਿਆਓ, ਪਲੇਟ ਆਹੇ ਬਰਥਡੇ ਬੁਆਏ ਖਾਈ ਜਾਂਦਾ ਕੇਕ, ਅੱਜ ਦਾ ਆਪਣਾ ਪੂਰਾ ਕੇਕ ਦਾ ਖੜਾ ਮੁੰਡੇ ਦੇ, ਕਿਉਂਕਿ ਜੱਟ ਡੋਂਟ ਕੇਅਰ। ਟਿਸ਼ੂ ਕੈਨ ਯੂ ਬ੍ਰਿੰਗ ਪਾਸ ਮੀ ਦ ਟਿਸ਼ੂ ਪੇਪਰ ਪਲੀਜ਼। ਆ ਵਿੱਚੋਂ ਚਮਚੀ ਲਾ ਕੇ ਸਪਾਈਡਰਮੈਨ ਦਾ ਗੋਡਾ ਲਾ ਲਿਆ।
ਭਾਜੀ ਕੇਕੋ ਕੇਕ ਹੋ ਗਿਆ ਸਭ ਕੁਛ ਆ ਹੈਗਾ ਤਾਂ ਸਹੀ ਆ ਤੇ ਖਾ ਫਿਰ ਲੋ ਉਹ ਪਹਿਲੋਂ ਆ ਤੇ ਖਾਣਾ ਮੁੰਡਿਆ ਯੂ ਹੈਵ ਟੂ ਈਟ ਦਿਸ ਵਨ ਐਂਡ ਦੈਨ ਕੋਈ ਐਡਾ ਐਡਾ ਵੱਡਾ ਪੀਸ ਡੰਗਰ ਦੇ ਹੋ ਅੱਛਾ ਇਹਦਾ ਸਹੀ ਹੈ ਇਹਦਾ ਫਿਰ ਠੀਕ ਹੈ ਜੇ ਇਹਨੂੰ ਦਿੱਤਾ ਫਿਰ ਠੀਕ ਹੈ ਜੜ ਸਾ ਮੈਨੂੰ ਨਹੀਂ ਲੱਭਾ ਨਿੱਕੇ ਨਿੱਕੇ ਪੀਸ ਦੋ ਨਾ ਉਹਨੇ ਸਾਹਮਣੇ ਜੇ ਵਾਪਸ ਕਰਨਾ ਆਦਾ ਆਹ ਸਾਡਾ ਬਰਥਡੇ ਬੋਏ ਨਾ ਸਪਾਈਡਰਮੈਨ ਚੁੱਕ ਕੇ ਮੈਨੂੰ ਦੇ ਦੇ ਗਿਫਟ ਤੁਸੀਂ ਨਹੀਂ ਹੈ ਜ਼ੈਨ ਸਪਾਈਡਰਮੈਨ ਇਸ ਡੰਡਾ ਹੈ ਖਾ ਕੇ ਤਨਾ ਜੱਟ ਸਾਹਿਬ ਡੰਡਾ ਦੇ ਕੱਢ ਕੇ ਦੇ ਵਿਚਾਰੇ ਦੀ ਲੱਤ ਟੁੱਟ ਗਈ ਹੈ ਸਪਾਈਡਰਮੈਨ ਉਹ ਤੇ ਪਰਾਭਾ ਹੋ ਨਹੀਂ ਜੱਟ ਸਾਹਿਬ ਆ ਰਿਹਾ ਓਹੋ ਮਮਾ ਹਾਂ ਉਹ ਮੂੰਹ ਦੇ ਨਾਲ ਤੇ ਮਮਾ ਹੀ ਗਿਆ ਮੇਰੇ ਮਨ ਨੂੰ ਲਿਓ ਅੰਮਾ ਅੰਮੀ ਇਧਰ ਆਓ ਮੈਨੂੰ ਨਾਰਾਜ਼ ਹੋ ਗਈ ਹੋ ਨਹੀਂ ਮੈਂ ਕਿਉਂ ਇਧਰ ਆਓ ਨਾ ਅੰਮੀ ਸਪਾਈਡਰਮੈਨ ਚਾਹੀਦਾ ਨਹੀਂ ਮੈਂ ਅਸੀਂ ਇੰਨਾ ਨਹੀਂ ਲੈਣਾ ਹਾਂ ਠੀਕ ਹੈ ਕੰਮ ਵਧੀਆ ਇੱਕ ਲੱਗੀ ਹੈ ਨਹੀਂ ਚਾਹੀਦਾ ਵਾਪਸ ਆ ਰਹਨੇ ਆ ਕਸਮ ਖੁਦਾ ਦੀ ਜਨਾਨੀ ਜਾਤ ਨਹੀਂ ਖੁਸ਼ ਹੋ ਸਕਦੀ ਕੋਈ ਨਾ ਕੋਈ ਕੀੜਾ ਹਰ ਸ਼ਾਇਦ ਕੱਢੀ ਦਿੰਦੀ ਹੁੰਦੀ ਹੈ ਜਿਸ ਕੋਲ ਜਨਾਨੀਆਂ ਜਨਾਨੀਆਂ ਆਪਣੀ ਨਾ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦੀਆਂ ਸੀਰੀਅਸ ਇਹਦਾ ਹੱਥ ਨਾ ਡਾਕਟਰ ਸਾਹਿਬ ਨੇ ਮੂਲ ਬੇੜ ਲਿਆ ਸਾਰਾ ਮੇਰੀ ਮਾਂ ਕਹਿੰਦੀ ਮੈਂ ਆਪਣੀ ਨਸਲ ਜਿੱਡਾ ਭੁੱਖਾ ਬੱਚਾ ਨਹੀਂ ਵੇਖਿਆ ਕੋਈ ਨਹੀਂ ਗੱਲ ਡਾਕਟਰ ਸਾਹਿਬ ਬਿਸਤੀ ਹੁੰਦੀ ਰਹਿੰਦੀ ਏ ਖਾਓ ਖਾਓ ਸੈਟਅਪ ਵੀ ਖੱਡਾ ਸਾਰਾ ਖਰਾਬ ਹੋ ਗਿਆ ਜੀ ਇਹ ਦੇਖੇ ਜੀ ਸਪਾਈਡਰਮੈਨ ਦਾ ਕੀ ਹਾਲ ਹੋ ਗਿਆ ਉਹ ਪਿਆ ਹੀ ਗਰੀਬ ਇੰਨੀ ਕੋਈ ਗੱਲ ਸੀ ਇੰਨੀ ਕੋਈ ਗੇਮ ਸੀ ਓਏ ਹੋਏ 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 ਜੈਨ ਐ ਲੱਗਦਾ ਤੂੰ ਪਹਿਲੀ ਵਾਰ ਕੇਕ ਵੇਖਿਆ ਜਰਮਨੀ ਹੋਇਆ ਕਿ ਚਵਿੰਡਾ ਤੋਂ ਆਇਆ ਹੱਥ ਮੁੱਕੀ ਪਈ ਤੇਰੇ ਵਾਲੀ ਲੋ ਜੀ ਬਰਥਡੇ ਬੋਏ ਦੇ ਵੇਖੋ ਜੀ ਕੱਪੜੇ ਕੁਪੜੇ ਚੇਂਜ ਹੋ ਰਹੇ ਨੇ ਕਿਉਂਕਿ ਪੈੜਾ ਹਾਲ ਮੰਦੇ ਦਿਹਾੜੇ ਕਰ ਛੜੇ ਨੇ ਨੇ ਹੁਣ ਇਹ ਨਵੀਂ ਸ਼ਰਟ ਪਾਉਣੇ ਆ ਗਏ ਜੱਟ ਸਾਹਿਬ ਵੇਟ ਗੋਇੰਗ ਦਿਸ ਕਹਿੰਦਾ ਉਹ ਸ਼ਰਟ ਉਹਦੇ ਤੇ ਅੱਛੀ ਲੱਗੀ ਲੋ ਜੀ ਹੁਣ ਇਹਨੂੰ ਗਿਫਟ ਤੇ ਜਾਣ ਕੇ ਜ਼ੈਨ ਨੂੰ ਮੇਰਾ ਗਿਫਟ ਲੈ ਕੇ ਆਓ ਇੰਨਾ ਡੰਗਣਾ ਕਿਉਂ ਹੁਣ ਜੀ ਰੋਲਾ ਪਾ ਕੇ ਆ ਕਰ ਦੋ ਆ ਬਲੌਗ ਆ ਬਲੌਗ ਹੀ ਚਾ ਗਿਆ ਕੈਮਰਾ ਬੰਦ ਅਮਾਨ ਉਤਰਾਇਆ ਇਸਕੋ ਜੋ ਟਿਕਟੋਕ ਸਟਾਰ ਕੋ ਚਲੋ ਜ਼ੈਨੀ ਇਧਰ ਆਓ ਬੈਠੋ ਸਾਮਾ ਦਾ ਵੇਚ ਸਾਮਾ ਇੱਕ ਗਿਫਟ ਦਾ ਸੋਰੀ ਲੱਗਦੀ ਉਹ ਬਾ ਉਹ ਲੈ ਆਈ ਗਿਫਟ ਕਿੱਟ ਖੋਲੀਏ ਮੇਰਾ ਗਿਫਟ ਕਿਧਰ ਲਾਈਏ ਗਿਫਟ ਲਿਆਓ ਮੇਰਾ ਗਿਫਟ ਸਾਰੇ ਗਿਫਟ ਆਏ ਮੇਰੇ ਕੋਲ ਆਈ 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 ਸਾਰੇ ਗਿਫਟ ਮੇਰੇ ਕੋਲ ਆਏ ਨੇ ਲੇਕਿਨ ਦੇਣਾ ਹੈ ਨਾ ਬਖਰਾ ਬਖਰਾ ਇਹ ਗਿਫਟ ਇਹ ਸੱਚਾਈ ਹੈ ਮੇਰੀ ਤਰਫ ਸੇ ਜ਼ੈਨ ਕੋ ਹੈ ਜ਼ੈਨ ਆ ਮੇਰਾ ਨਹੀਂ ਬੋਂਟੇ ਕਾ ਪਤਾ ਨਹੀਂ ਕੀ ਨਾਮ ਹੈ ਦਾ ਖੋਲੋ 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 ਆਪਸ ਵਿੱਚ ਬਾਰੇ ਚਾਹ ਗੱਟ ਗਿਵ ਮੀ ਵਨ ਦਾਸੀ ਪਲੀਜ਼ ਦਾਸੀ ਤੇ ਹੋਰ ਕੀ ਕਰਨਾ ਹੋਰ ਕੱਲ ਕੋਲ ਮੀ ਸਭ ਕੋਲੀ ਹੈ ਪਹਿਲੀ ਪਹਿਲੀ ਦੀ ਬਰਥਡੇ ਮਨਾਉਂਦੇ ਹੋ ਬਾਅਦ ਚ ਤੁਹਾਡੀ ਵੀ ਤਾਂ ਖਾਣੀ ਹੋ 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 ਤਾਲੀਆਂ ਮਾਰੇ ਸਾਮਾ ਤਾਲੀਆਂ ਮਾਰੇ ਮਾਮਾ ਨੇ ਕਿਹੜੀ ਚੀਜ਼ ਗਿਫਟ ਕੀਤੀ ਤੁਸੀਂ ਵੇਖ ਕੇ ਨਾ ਰਹੀ ਆ ਛੁਰੀ ਪਕੜਾਓ ਬੇਟਾ ਮਾਮਾ ਦਾ ਚਰਚ ਦੇ ਡੱਕਰੇ ਤੇ ਨਹੀਂ ਸ਼ਬਜੀ ਜ਼ੈਨ ਆਪਕੀ ਮਾਮਾ ਨੇ ਆਪਕੋ ਗਨ ਦੀ ਹੈ ਇਹ ਸਾਡੇ ਸਿਰ ਚ ਮਾਰੋ ਪਾਪਾ ਦੀ ਪਾਪਾ ਦਾ ਗਿਫਟ ਲੈ ਗਿਆ ਉਹ ਸਭ ਨੂੰ ਬੈਸਟ ਗਿਫਟ ਪਾਪਾ ਨੇ ਦਿਆ ਹੈ ਤੇਰਾ ਕੰਮ ਨਹੀਂ ਆਵੇ ਤੇ ਸਭ ਨਾਲ ਮਹਿੰਗਾ ਅੱਛਾ ਇੱਕ ਮਿੰਟ ਲੈ ਨਟ ਖੋਲ ਲੈਣਾ ਜਾਨੀ ਵੇਟ ਕਰ ਜਾਨ ਓਏ ਕਿਉਂ ਉਹ ਨੂੰ ਦਬਰਾਓ ਜ਼ੈਨ ਪਾਪਾ ਨੇ ਸਭ ਤੋਂ ਅੱਛਾ ਗਿਫਟ ਕਿਆ ਬਾਤ ਹੈ ਉਹਨੂੰ ਪਸੰਦ ਆਈ ਜੀ ਮੇਰੀ ਮੇਰਾ ਗਿਫਟ ਉਹਨੂੰ ਪਸੰਦ ਆਇਆ ਜੀ ਇਹ ਚੀਜ਼ ਨੀ ਤੁਸੀਂ ਕੁਛ ਕਿਤੇ ਰਹਿਣਾ ਕਸ਼ਤੀ ਲੈ ਕੇ
ਆ ਹੁੰਦੀ ਜਿਵੇਂ ਪਿਓਾਂ ਦੀ ਇੱਜ਼ਤ ਹੁੰਦੀ ਇਹ ਲੈ ਕੇ ਆਇਆ ਅਗਰ ਨੈਕਸਟ ਕੋਲ ਕੋ ਆਮੀ ਨਹੀਂ ਸ਼ੁਰੂ ਹੋ ਜੀ ਕੋਈ ਟ੍ਰੇਨ ਮੁੱਕ ਜਾ ਜਿਹੜਾ ਜਿਹੜਾ ਗਿਫਟ ਨਹੀਂ ਜਾਣਾ ਨਾ ਚੰਗਾ ਇਸ ਨੂੰ ਹੱਥ ਲਾ ਕੇ ਲੈ ਕੇ ਆ ਬੱਲਾ ਬੱਲੇ ਜ਼ੈਨ ਪਲਾਸਟਿਕ ਦਾ ਬੱਲਾ ਜ਼ੈਨ ਕਾ ਗਿਫਟ ਹੈ ਤੂੰ ਆਏ ਨਾ ਥੈਂਕ ਯੂ ਵਾਓ ਜ਼ੈਨ ਫੁੱਕ ਮਾਲ ਗਾੜੀ ਚਲਾਓ ਇੱਕ ਰੱਖ ਲੋ ਕੱਲ ਕੋ ਭੈਣ ਹੋ ਗਈ ਭਾਈ ਜਿਸ ਤਰ੍ਹਾਂ ਮੇਰੀ ਭੈਣ ਜਵਾਨ ਹੋਣੀ ਉਦੋਂ ਜਹਾਜ਼ ਹੀ ਲੋਕਾਂ ਦੇਣੇ ਜੇਲ ਦੇ ਚ ਗੱਡੀ ਦਾ ਕੰਮ ਨੀ ਲੋ ਇੰਨੀ ਨਾ ਲੋ ਜੀ ਹਰ ਪਾਸੇ ਗੰਦ ਪਿਆ ਹੈ ਹੁਣ ਸਫਾਈ ਸਫੂਈ ਕਰੀਏ ਚਲੋ ਜੱਟ ਸਾਹਿਬ ਹੁਣ ਕੁਛ ਸ਼ੈ ਖਾ ਪੀ ਲਈਏ ਬਹੁਤ ਹੋ ਗਿਆ ਖੇਡਣ ਮਿਲਣ ਤੁਸੀਂ ਖਾਣੀ ਕੋਈ ਚੀਜ਼ ਤੈਨੂੰ ਵੀ ਪਾਉਂਦੇ ਹਾਂ ਲਓ ਜੀ ਗਾਇਸ ਲੰਗਰ ਗਿਆ ਖੁੱਲ ਉਸ ਤੋਂ ਬਾਅਦ ਕਰਾਂਗੇ ਬਾਰਬੀਕਿਊ ਵਗੈਰਾ ਲੇਕਿਨ ਉਸ ਤੋਂ ਪਹਿਲਾਂ ਅਸੀਂ ਅੱਜ ਕੱਲ੍ਹ ਚੌਲ ਚੂਲ ਖਾ ਲਈਏ ਕਿਉਂਕਿ ਬਾਰਬੀਕਿਊ ਫਿਰ ਇਹਨਾਂ ਬਹੁਤਾ ਖਾਣਾ ਹੁਣ ਘੱਟ ਖਾਣਗੇ ਨਾ ਫਿਰ ਚੌਲ ਖਾ ਕੇ ਖੋਲ ਗਈ ਜੀ ਗਾਇਸ ਵਲੋਗ ਨੂੰ ਕਰਨੇ ਇੱਥੇ ਐਂਡ ਕਿਉਂਕਿ ਸਾਡੇ 'ਚੋਂ ਇੱਕ ਬੰਦੇ ਦੀ ਜਿਹੜਾ ਤਬੀਅਤ ਖਰਾਬ ਹੋ ਗਈ ਸੀ ਉਹ ਜ਼ਿਆਦਾ ਅਤੇ ਇਸ ਲਈ ਜਿਹੜਾ ਨਾ ਅਸੀਂ ਕੋਈ ਆਤਿਸ਼ਬਾਜ਼ੀ ਵਗੈਰਾ ਤਿੱਕੇ ਤੁਕੇ ਨਹੀਂ ਲਾਏ ਅਤੇ ਮੇ ਬੀ ਕੱਲ੍ਹ ਜਾਂ ਪਰਸੋਂ ਕਰ ਲਈਏ ਬਾਕੀ ਹੁੰਦੀ ਹੈ ਨੈਕਸਟ ਵਲੋਗ ਵਿੱਚ ਮੁਲਾਕਾਤ ਆਪਣਾ ਬਹੁਤ ਸਾਰਾ ਖਿਆਲ ਰੱਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਲਾ ਹਾਫਿਜ਼ ਬਾਏ ਬਾਏ